ਸੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਸੰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਨਿਊਜ਼ 18 ਇਨ ਪੰਜਾਬ ਬੋਟ ਦਾ ਜਿਹੜਾ ਇਹ ਜਿਹੜਾ ਸਪੀਕਰ ਜਿਹੜਾ ਰੱਖਿਆ ਹੋਇਆ ਹੋਮ ਥੀਏਟਰ ਸਿਸਟਮ ਤੇ ਥੱਲੇ ਕੂਪਨ ਨਜ਼ਰ ਆ ਰਹੇ ਮੈਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਕੂਪਨ ਦਾ ਕਨਸੈਪਟ ਜਿਹੜਾ ਹੈਗਾ ਤੁਸੀਂ ਵੀਡੀਓ ਦੇ ਨਾਲ ਲਗਾਤਾਰ ਬਣੇ ਰਹੋ ਬੋਟ ਕੰਪਨੀ ਦਾ ਇਹ ਜਿਹੜਾ ਸਪੀਕਰ ਹੈ ਜਾਂ ਹੋਰ ਵੀ ਜਿਹੜੇ ਕਈ ਗਿਫਟ ਹੈ ਤੇ ਲੱਗਦਾ ਹੈ ਕਿ ਮੈਨੂੰ ਇਹ ਕੁਝ ਨਵਾਂ ਕਨਸੈਪਟ ਜਿਹੜਾ ਹੈ ਪਾਜੀ ਲੈ ਕੇ ਆਏ ਆ ਟਮੀ ਸਟੇਸ਼ਨ ਵਾਲੇ ਤੀਜੀ ਵੀਡੀਓ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਵੈਰਾਈਟੀ ਵੀ ਜਿਹੜੀ ਹੈ ਸੱਜ ਚੁੱਕੀ ਹੈ ਔਰ ਦੇਖੋ ਇਹ ਫਿਸ਼ ਇਹ ਬੜਾ ਦਾਵਾ ਕਰਦੇ ਆ ਕਿ ਸਾਡਾ ਨਾਨ ਵੈਜ ਨਹੀਂ ਹੈ ਮੈਨੂੰ ਤਾਂ ਲੱਗਦਾ ਕਿ ਸ਼ਾਇਦ ਇਹਨਾਂ ਨੇ ਨਾਨ ਵੈਜ ਕਰਤਾ ਜਿਹੜਾ ਕਨਸੈਪਟ ਸੀਗਾ ਇਹਨਾਂ ਦਾ ਵੈਜ ਦਾ ਲੇਕਿਨ ਇਹ ਜਿਹੜੀ ਫਿਸ਼ ਨਜ਼ਰ ਆ ਰਹੀ ਹੈ ਮੈਨੂੰ ਲੱਗਦਾ ਕਿ ਨਾਨ ਵੈਜ ਸ਼ੁਰੂ ਕਰਤਾ ਬਾਕੀ ਪਾਜੀ ਦੱਸਣਗੇ ਕਿ ਲਗਾਤਾਰ ਇਸ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਅੱਜ ਅਸੀਂ ਪਾਜੀ ਨੂੰ ਇਹ ਕਹਿ ਕੇ ਆਏ ਕਿ ਜਿਹੜੇ ਬੰਦੇ ਸ਼ੇਅਰ ਕਰਨਗੇ ਵੀਡੀਓ ਅਸੀਂ ਉਹਨਾਂ ਨੂੰ ਵੀ ਕੁਛ ਨਾ ਕੁਛ ਜਿਹੜੀ ਆਫਰ ਦਵਾਣੀ ਹੈ ਟਮੀ ਸਟੇਸ਼ਨ ਤੇ ਤੁਸੀਂ ਬਣੇ ਰਹੋ ਪਾਜੀ ਦਾਵਾ ਕਰਦੇ ਕਿ ਸਾਡਾ ਜਿਹੜਾ ਕਨਸੈਪਟ ਹੈਗਾ ਟੋਟਲੀ ਵੈਜ ਹੈ ਲੇਕਿਨ ਮੈਂ ਸਾਰੀ ਚੀਜ਼ਾਂ 'ਚੋਂ ਇੱਕੋ ਚੀਜ਼ ਚੱਕੀ ਹੈ ਇਹ ਫਿਸ਼ ਤੁਸੀਂ ਦੇਖੋ ਤੁਸੀਂ ਮੈਨੂੰ ਦੱਸੋ ਕਮੈਂਟ ਬਾਕਸ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਵੈਜ ਆਈਟਮ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਾਂਗਾ ਕਿ ਝੂਠ ਬੋਲ ਕੇ ਸਮਾਨ ਵੇਚਣਾ ਨਾ ਮੈਨੂੰ ਵੀ ਅੱਛਾ ਲੱਗਦਾ ਕਿ ਕੋਈ ਬੰਦਾ ਝੂਠ ਬੋਲ ਕੇ ਸਮਾਨ ਵੇਚੇ ਤੁਸੀਂ ਕਹਿੰਦੇ ਹੋ ਵੈਜ ਹੈ ਤੁਹਾਨੂੰ ਵੈਜ ਲੱਗਦਾ ਸਰ ਜਿਵੇਂ ਤੁਹਾਨੂੰ ਦੇਖੋ ਮੈਂ ਇੱਕ ਬੜੇ ਬੜੇ ਗ੍ਰਾਹਕ ਖੜੇ ਹੋ ਰਹੇ ਪਹਿਲਾਂ ਇਹਨਾਂ ਨਾਲ ਗੱਲ ਕਰਨੀ ਤੁਹਾਨੂੰ ਵੈਜ ਲੱਗ ਰਿਹਾ ਭਾਜੀ ਹਾਂਜੀ ਹਾਂਜੀ ਵੈਜ ਹੈ ਜੀ ਇਹ ਵੈਜ ਹੈ ਇਹ ਫਿਸ਼ ਨਜ਼ਰ ਆ ਰਹੀ ਹੈ ਤੁਹਾਨੂੰ ਵੈਜ ਲੱਗ ਰਿਹਾ ਜੀ ਮੈਂ ਤਾਂ ਫਿਸ਼ ਲੱਗ ਰਹੀ ਨਹੀਂ ਫਿਸ਼ ਲੱਗ ਰਹੀ ਵੈਜ ਲੱਗ ਰਿਹਾ ਨਾ ਵੈਜ ਹੈ ਜਾਂ ਨਾਨ ਵੈਜ ਹੈ ਨਾਨ ਵੈਜ ਲੱਗ ਰਿਹਾ ਸੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਸੰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਨਿਊਜ਼ 18 ਇਨ ਪੰਜਾਬ ਸੋ ਅੱਜ ਫੇਰ ਅਸੀਂ ਇੱਕ ਵਾਰ ਫੇਰ ਤੁਹਾਨੂੰ ਲੈ ਕੇ ਆਏ ਹਾਂ ਟਮੀ ਸਟੇਸ਼ਨ ਤੇ ਟਮੀ ਸਟੇਸ਼ਨ ਦੇ ਓਨਰ ਜਿਹੜੇ ਹੈ ਉਹਨਾਂ ਵੱਲੋਂ ਸਾਨੂੰ ਫੋਨ ਕੀਤਾ ਗਿਆ ਕਿ ਆਓ ਤੁਹਾਨੂੰ ਨਵੀਂ ਵਰਾਇਟੀਆਂ ਦਿਖਾਈਏ ਦੀਵਾਲੀ ਦੇ ਤਿਉਹਾਰ ਦੇ ਮੌਕੇ ਤੇ ਨਵੀਂ ਵਰਾਇਟੀ ਨਵੀਂ ਆਫਰਸ ਖਾਣ ਪੀਣ ਤੇ ਵੀ ਜਿਹੜੀ ਹੈ ਨਵੀਂ ਆਫਰਸ ਆਈਆਂ ਕੋਈ ਕੂਪਨ ਸਿਸਟਮ ਹੈ ਤੇ ਸਾਨੂੰ ਆਉਣਾ ਪਿਆ ਆਪਣੇ ਕੰਮ ਕਾਰ ਛੱਡ ਕੇ ਤੇ ਆਪਾਂ ਗੱਲਬਾਤ ਕਰਾਂਗੇ ਟਮੀ ਸਟੇਸ਼ਨ ਦੇ ਮਾਲਕ ਦੇ ਨਾਲ ਤੇ ਕੀ ਨਵੀਂ ਵਰਾਇਟੀ ਜਿਹੜੀ ਹੈ ਅੱਜ ਉਹ ਲੈ ਕੇ ਆਏ ਆ ਤੀਜੀ ਵੀਡੀਓ ਜਿਹੜੀ ਹੈ ਲਗਾਤਾਰ ਸਾਡੀ ਟਮੀ ਸਟੇਸ਼ਨ ਦੀ ਆ ਰਹੀ ਹੈ ਤੇ ਤੁਸੀਂ ਬਹੁਤ ਪਿਆਰ ਦਿੰਦੇ ਹੋ ਨਿਊਜ਼ 18 ਇਨ ਪੰਜਾਬ ਦੀ ਹਰੇਕ ਪੋਸਟ ਨੂੰ ਜਿਹੜਾ ਹੈ ਤੁਸੀਂ ਸ਼ੇਅਰ ਕਰਦੇ ਹੋ ਇਸ ਤਰ੍ਹਾਂ ਹੀ ਤੁਸੀਂ ਆਪਣਾ ਪਿਆਰ ਦਿੰਦੇ ਰਹੋ ਸ਼ੇਅਰ ਕਰਦੇ ਰਹੋ ਤੇ ਅਸੀਂ ਵਧੀਆ ਵਧੀਆ ਆਫਰ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜੇ ਹੈ ਸ਼ੋਰੂਮਸ ਜਿਹੜੇ ਓਨਰਸ ਹੈ ਉਹਨਾਂ ਵੱਲੋਂ ਸਾਨੂੰ ਲਗਾਤਾਰ ਤੁਹਾਡੇ ਪਿਆਰ ਸਦਕਾ ਸਾਨੂੰ ਫੋਨ ਕੀਤਾ ਜਾ ਰਿਹਾ ਕਿ ਆਓ ਸਾਡੀ ਜਿਹੜੀ ਆਫਰਾਂ ਹੈਗੀਆਂ ਉਹ ਲੋਕਾਂ ਤੱਕ ਨਿਊਜ਼ 18 ਦੇ ਮਾਧਿਅਮ ਦੇ ਨਾਲ ਪਹੁੰਚਾਓ ਸੋ ਸ਼ੁਰੂ ਕਰਦੇ ਹਾਂ ਇਹ ਵੀਡੀਓ ਤੇ ਤੁਸੀਂ ਵੀਡੀਓ ਦੇ ਲਾਸਟ ਤੱਕ ਬਣੇ ਰਹਿਣਾ ਕੀ ਵਰਾਇਟੀ ਹੈ ਤੇ ਕੀ ਕੂਪਨ ਸਿਸਟਮ ਜਿਹੜਾ ਹੈ ਟਮੀ ਸਟੇਸ਼ਨ ਦੇ ਮਾਲਕ ਲੈ ਕੇ ਆਏ ਹੈ ਤੇ ਕੀ ਗਿਫਟ ਤੁਹਾਨੂੰ ਦੀਵਾਲੀ ਆਫਰ ਦੇ ਤੌਰ ਤੇ ਤੁਹਾਨੂੰ ਦੇਣਗੇ ਤੇ ਨਿਊਜ਼ 18 ਪੰਜਾਬ ਦਾ ਨਾਮ ਲੈ ਕੇ ਜਿਹੜਾ ਹੈ ਆਫਰ ਦਾ ਲਾਭ ਜਿਹੜਾ ਤੁਸੀਂ ਚੱਕਣਾ ਤੇ ਹੁਣ ਆਪਾਂ ਸਿੱਧਾ ਦੇਰੀ ਨਹੀਂ ਕਰਦੇ ਵੀਡੀਓ ਨੂੰ ਸਟਾਰਟ ਕਰਦੇ ਆ ਆਓ ਚੱਲੀਏ ਟਮੀ ਸਟੇਸ਼ਨ ਤੇ ਸੋ ਟਮੀ ਸਟੇਸ਼ਨ ਤੇ ਤੁਹਾਨੂੰ ਲੈ ਕੇ ਆਏ ਆ ਤੇ ਨਵੀਂ ਵੈਰਾਈਟੀ ਜਿਹੜੀ ਹੈ ਤੁਹਾਨੂੰ ਅੱਜ ਦਿਖਾਵਾਂਗੇ ਟੇਸਟ ਵੀ ਕਰਕੇ ਦੱਸਾਂਗੇ ਤੇ ਟੇਸਟ ਵਾਸਤੇ ਅਸੀਂ ਕੁਝ ਮਹਿਮਾਨ ਵੀ ਉਰੇ ਬੁਲਾਏ ਆ ਤੇ ਤੁਹਾਨੂੰ ਲੈ ਕੇ ਚੱਲਦੇ ਆ ਦੇਖੋ ਕਿੰਨੀ ਤਿਆਰੀ ਜਿਹੜੀ ਹੈ ਕੀਤੀ ਹੋਈ ਹੈ ਇਹ ਦੇਖੋ ਬੋਟ ਦਾ ਜਿਹੜਾ ਇਹ ਜਿਹੜਾ ਸਪੀਕਰ ਜਿਹੜਾ ਰੱਖਿਆ ਹੋਇਆ ਹੋਮ ਥੀਏਟਰ ਸਿਸਟਮ ਤੇ ਥੱਲੇ ਕੂਪਨ ਨਜ਼ਰ ਆ ਰਹੇ ਮੈਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਕੂਪਨ ਦਾ ਕਨਸੈਪਟ ਜਿਹੜਾ ਹੈਗਾ ਤੁਸੀਂ ਵੀਡੀਓ ਦੇ ਨਾਲ ਲਗਾਤਾਰ ਬਣੇ ਰਹੋ ਬੋਟ ਕੰਪਨੀ ਦਾ ਇਹ ਜਿਹੜਾ ਸਪੀਕਰ ਹੈ ਜਾਂ ਹੋਰ ਵੀ ਜਿਹੜੇ ਕਈ ਗਿਫਟ ਹੈ ਤੇ ਲੱਗਦਾ ਹੈ ਕਿ ਮੈਨੂੰ ਇਹ ਕੁਝ ਨਵਾਂ ਕਨਸੈਪਟ ਜਿਹੜਾ ਹੈ ਪਾਜੀ ਲੈ ਕੇ ਆਏ ਆ ਟਮੀ ਸਟੇਸ਼ਨ ਵਾਲੇ ਤੀਜੀ ਵੀਡੀਓ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਵੈਰਾਈਟੀ ਵੀ ਜਿਹੜੀ ਹੈ ਸੱਜ ਚੁੱਕੀ ਹੈ ਔਰ ਟੇਬਲ ਤੇ ਸਾਰੀ ਗੱਲਬਾਤ ਪੁੱਛਾਂਗੇ ਦੇਖੋ ਇਹ ਫਿਸ਼ ਇਹ ਬੜਾ ਦਾਵਾ ਕਰਦੇ ਆ ਕਿ ਸਾਡਾ ਨਾਨ ਵੈਜ ਨਹੀਂ ਹੈ ਮੈਨੂੰ ਤਾਂ ਲੱਗਦਾ ਕਿ ਸ਼ਾਇਦ ਇਹਨਾਂ ਨੇ ਨਾਨ ਵੈਜ ਦੁਆਰਾ ਤੋਂ ਸ਼ੁਰੂ ਕਰਤਾ ਜਿਹੜਾ ਕਨਸੈਪਟ ਸੀਗਾ ਇਹਨਾਂ ਦਾ ਵੈਜ ਦਾ ਲੇਕਿਨ ਇਹ ਜਿਹੜੀ ਫਿਸ਼ ਨਜ਼ਰ ਆ ਰਹੀ ਹੈ ਮੈਨੂੰ ਲੱਗਦਾ ਕਿ ਨਾਨ ਵੈਜ ਸ਼ੁਰੂ ਕਰਤਾ ਬਾਕੀ ਪਾਜੀ ਦੱਸਣਗੇ ਕਿ ਨਾਨ ਵੈਜ ਹੈ ਜਾਂ ਇਹ ਵੀ ਹੋਈ ਜਿਹੜਾ ਸੋਇਆ ਚਾਪ ਦੀ ਆਈਟਮ ਜਿਹੜੀ ਹੈ ਬਣਾਈ ਹੋਈ ਹੈ ਕਾਫੀ ਚੀਜ਼ਾਂ ਜਿਹੜੀਆਂ ਹੈ ਵੈਰਾਈਟੀ ਤੁਹਾਨੂੰ ਅੱਜ ਨਵੀਂ ਦਿਖਾਵਾਂਗੇ ਤੇ ਸੱਜ ਚੁੱਕਿਆ ਟਮੀ ਸਟੇਸ਼ਨ ਤੇ ਅਸੀਂ ਪਹੁੰਚ ਚੁੱਕੇ ਹਾਂ ਤੀਜੀ ਵੀਡੀਓ ਲੈ ਕੇ ਤੇ ਕਾਫੀ ਤੁਸੀਂ ਪਿਆਰ ਦਿੰਦੇ ਹੋ ਵੀਡੀਓ ਨੂੰ ਇਸ ਤਰ੍ਹਾਂ ਹੀ ਤੁਸੀਂ ਪਿਆਰ ਦਿੰਦੇ ਰਹੋ ਲਗਾਤਾਰ ਇਸ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਅੱਜ ਅਸੀਂ ਪਾਜੀ ਨੂੰ ਇਹ ਕਹਿ ਕੇ ਆਏ ਕਿ ਜਿਹੜੇ ਬੰਦੇ ਸ਼ੇਅਰ ਕਰਨਗੇ ਵੀਡੀਓ ਅਸੀਂ ਉਹਨਾਂ ਨੂੰ ਵੀ ਕੁਛ ਨਾ ਕੁਛ ਜਿਹੜੀ ਆਫਰ ਦਵਾਣੀ ਹੈ ਟਮੀ ਸਟੇਸ਼ਨ ਤੇ ਤੁਸੀਂ ਬਣੇ ਰਹੋ ਤੇ ਇਹਦਾ ਰਾਜ ਬਸ ਜਲਦੀ ਖੁੱਲਣ ਵਾਲਾ ਤੁਸੀਂ ਵੀਡੀਓ ਨੂੰ ਲਗਾਤਾਰ ਪੂਰੀ ਦੇਖਣੀ ਹੈ ਤੇ ਸ਼ੇਅਰ ਲਗਾਤਾਰ ਕਰਦੇ ਰਹਿਣਾ ਕਿ ਇਹ ਬੋਟ ਦਾ ਸਪੀਕਰ ਕਿਸ ਨੂੰ ਮਿਲੇਗਾ ਇਹ ਥੱਲੇ ਕੂਪਨ ਕੀ ਹੈ ਤੇ ਨਵੀਂ ਵੈਰਾਈਟੀ ਫਿਸ਼ ਦੇਖੀਏ ਤੁਸੀਂ ਤੇ
की वरायटी नवी हैगी आपां सारी जानकारी जिहड़ी है टमी स्टेशन के मालक तो लवेंगे। तीजी वीडियो तुहाडा बहुत ही जिहड़ा है प्यार मिल रहा है न्यूज़ 18 पंजाब नूं, इस तरह ही प्यार तुसीं देंदे रहो ते वीडियो नूं वध तों वध शेयर करदे रहो ताकि तुहाडा फायदा हुंदा रहे। सो टमी स्टेशन ते तुहानूं लैके आए हां ते लगातार तुहानूं दिखा रहे हां, भाजी दावा करदे कि साडा जिहड़ा कंसैप्ट हैगा टोटली वेज है, लेकिन मैं सारी चीज़ों चों इक्को चीज़ चक्की है, ये फिश। तुसीं देखो, तुसीं मैनूं दसो कमेंट बॉक्स दे विच की तुहानूं लगदा है कि ये वेज आइटम है। दावा किया जा रहा भाजी वालों की वेज आइटम, आप भाजी नूं बुला लैंदे आं, साडे नाल मौजूद है। तीजी वीडियो दे विच मैं स्वागत करदा टमी स्टेशन दे मालक हैगे, ते पहला तां मैनूं ये दसो कि दो वीडियो बनाईआं तुहाडीआं, तुहानूं किहो जिहा रिस्पोंस मिलिआ? पहला तां मैं न्यूज़ 18 दी टीम दा बहुत बहुत थैंक्स करदा, सब तों ज्यादा थैंक्स करदा राजपुरा दा। राजपुरा ने सानूं इन्ना प्यार दित्ता, इन्ना प्यार दित्ता, जिन्ना मैं थैंक्स करदा उन्ना घट है। तुसीं देखो इत्थे इन्ना मेला वगैरह लगता है, सिर्फ राजपुरा की बदौलत है, परमात्मा चलो है, पर राजपुरा ने सानूं बहुत प्यार दिता जी। हुण आपां आ जांदे आपणे प्रोडक्ट ते। भाजी पहला तो मैं तुहानूं एक गल दसांगा कि झूठ बोल के समान वेचना ना मैनूं नहीं अच्छा लगता कि कोई बंदा झूठ बोल के समान वेचे। तुसीं कहिंदे हो वेज है, तुहानूं वेज लगता है? सर जिवें तुहानूं देखो मैं एक बड़े बड़े ग्राहक खड़े हां, उरे पहलां इन्हां नाल गल करनी, तुहानूं वेज लग रहा भाजी? हां जी हां जी वेज है जी। ये वेज है, ये फिश नजर आ रही है, तुहानूं वेज लग रहा जी? भाजी तुसीं दस्सो जी। मैं तां फिश लग रही है। नहीं फिश लग रही, वेज लग रहा ना? थोड़ा जूम करो, लोगों चीज नजर आए भी असीं डिफरेंटली चल रहे हैं। नहीं तुसी जद इदा, इदा, इदा नाम है वेज पॉपुलर फिश, बड़े बंदे ने खा के सड़ हो गया, जिन्होंने खा के दोबारा भी हुई है। मैं कहना सर तुसी जद दो वीडियो, तुसी पहली वीडियो बनाई चांप दी वीडियो बनाई, उसी च भी तुसी नॉन वेज दे नाम लेके वेज खवाया लोगों नूं बड़ा, क्योंकि उन दिनां च श्राद्ध अपना सावन चल रहे सी है ना, मैनूं याद है। ते उस तों बाद लगातार तुहाडी सेल विच वाधा हुंदा चला गया, लोग कहिंदे भी बहुत वधिया जेड़े बंदे नॉन वेज नहीं खाना चाहते मतलब टेस्ट ले सकते सोयाबीन, क्योंकि मैं थोड़ा पहले कंसैप्ट खा चुके हैं, ये सारा मटन वगैरह ये वो बिल्कुल कंसैप्ट, क्योंकि असि चिकन खाने सानू पता है बिल्कुल भी बिल्कुल मिलता जुलता जिहड़ा टेस्ट है। और की वैरायटी लैके बहुत वधिया चीज है ये? आओ सर मैं तो खाना सानू ये साडा सर वेज चिकन बिरयानी है, तो देखो चाप है वेज। तुसीं देखो कैमरामैन दिखाणगे, देखो बिल्कुल ओही चीज सजा के इन्होंने दित्ती है, ते इहदे च की पा रहे हो तुसीं? सर इहदे विच प्रोपर जिवें बिरयानी बनती है विद खड़े मसाले, ठीक है ना जी, ते लौंग इलायची प्रोपर होवे। अच्छा उस तो बाद असीं नवीं लैके आए हां वेज चिकन सूप। आ वेज चिकन सूप आ देखो, हुण सर्दियां आ गईयां, बिल्कुल सर्दियां आ गईयां ते वेज चिकन सूप बिल्कुल चलेगा सर। चलो आपां टेस्ट भी करांगे बाद दे विच, पहला आपां तुहानूं वैरायटी पूरी दिखा दईए। उस तो बाद असीं नवीं चीज जिहड़ा लैके आए हां वेज तंदूरी राड़ा मीट, प्योर सोया, प्योर सोयाबीन, प्योर सोयाबीन दी राड़ा मीट, यस यस वेज तंदूरी राड़ा मीट। अच्छा अच्छा ठीक है सर। बाजार सोया कह के मैदा वेचा जा रहा है, जे किसी ने साबित करता कि मैदा देखो कुछ आइटम मैदे की है, देखो दिखा रहे थानू पहला भी आइटम दिखाई है, लेकिन आज तक कभी कोई चीज की शिकायत नहीं आई, हमेशा टमी स्टेशन की जिहड़ी है तारीफ ही जिहड़ी है होई है, ते तुसी देख सकते हो कि असीं सर देखो सुनो असीं थैंक्स क्यों किया राजपुर का, राजपुर ने सानू इन्ना प्यार दिता इस करके तो थैंक्स कर रहे हैं। कोई कंप्लेंट नहीं, बड़ी परमात्मा की कृपा है, बड़ी वाहगुरु जी की कृपा है भी सानू इन्ना प्यार दे रहे हैं और पीड़ आ रहे हैं। ठीक है ना, तभी वीडियो देख के आ गए, सेकंड तो टेस्ट में देख के आ गए ना जी। नहीं वो तो एक बार तो वीडियो देख के आ जाएंगे,
ਜੇ ਤੁਹਾਡਾ ਟੇਸਟ ਅੱਛਾ ਨਹੀਂ ਹੋ ਗਿਆ ਨਹੀਂ ਆਣਗੇ ਮੁੜ ਕੇ ਤੇ ਕਮੈਂਟ ਵੀ ਗਲਤ ਮਿਲਦਾ ਤੁਸੀਂ ਕਿੰਨੇ ਬੰਦੇ ਨੂੰ ਮਿਲਦੇ ਹੋ ਤੁਸੀਂ ਆਪ ਕਹਿੰਦੇ ਵੀ ਸੰਗਤ ਦੀ ਤੁਹਾਡੀ ਵੀਡੀਓ ਬਣਾ ਕੇ ਮਜ਼ਾ ਆ ਗਿਆ ਨਹੀਂ ਬਿਲਕੁਲ ਤਾਰੀਫ ਹੁੰਦੀ ਹੈ ਤੁਹਾਡੀ ਅਸੀਂ ਆਨੇ ਸਾਨੂੰ ਸਮਾਨ ਨਹੀਂ ਮਿਲਦਾ ਖਾਣ ਨੂੰ ਕਿਉਂਕਿ ਅਸੀਂ ਲੇਟ ਹੋ ਜਾਂਦੇ ਮਾਤਾ ਦੀ ਕਿਰਪਾ ਜੇ ਆਪਾਂ ਦੂਜੀ ਗੱਲ ਤੇ ਆਈਏ ਤਾਂ ਆਹ ਕੀ ਤੁਸੀਂ ਉਰੇ ਖਾਣ ਦੀ ਚੀਜ਼ਾਂ ਦੇ ਤੁਸੀਂ ਇਲੈਕਟ੍ਰੋਨਿਕ ਵੇਚਣ ਲੱਗੇ ਨਹੀਂ ਨਹੀਂ ਸਰ ਵੇਚਣ ਦੇਖੋ ਮੇਰੀ ਗੱਲ ਸੁਣੋ ਮੈਨੂੰ ਲੋਕੀ ਇੰਨਾ ਪਿਆਰ ਦੇ ਰਹੇ ਹਾਂ ਇੰਨਾ ਸਤਿਕਾਰ ਦੇ ਰਹੇ ਹਾਂ ਮੇਰਾ ਵੀ ਫਰਜ਼ ਬਣਦਾ ਨਾ ਉਹਨਾਂ ਨੂੰ ਕੁਝ ਕਰਾਂ ਅੱਛਾ ਸੋ ਅਸੀਂ ਇਹਨਾਂ ਕੂਪਨ ਲੈ ਕੇ ਆਏ ਜੀ ਜੀ ਦੀ ਬਿਲਿੰਗ 500 ਤੋਂ ਪਲੱਸ ਹੋਏਗੀ ਜੀ ਐਕਸਕਲੂਡਿੰਗ ਕੋਲਡ ਡਰਿੰਕਸ ਸਮਾਨ ਪਰਚੇਸ ਕਰੇਗਾ ਬੰਦਾ ਤੇ ਉਸ ਨੂੰ ਇੱਕ ਕੂਪਨ ਦਿੱਤਾ ਜਾਏਗਾ ਉਸ ਤੋਂ ਬਾਅਦ ਉਹ ਕੂਪਨ ਜਿਹੜਾ ਹੈ ਦੀਵਾਲੀ ਦੇ ਮੌਕੇ ਤੇ ਕੱਢਿਆ ਜਾਏਗਾ 16,000 ਰੁਪਏ ਦਾ ਦੀਵਾਲੀ ਤੋਂ ਦੋ ਦਿਨ ਪਹਿਲਾਂ ਅਸੀਂ ਆਪਣੇ ਟੰਮੀ ਸਟੇਸ਼ਨ ਤੇ ਜਾਂ ਫੇਸਬੁੱਕ ਦੇ ਟੰਮੀ ਸਟੇਸ਼ਨ ਦੇ ਚੈਨਲ ਤੇ ਅਸੀਂ ਲਾਈਵ ਹੋ ਗਏ ਇਹਨੂੰ ਕੱਢਾ ਕੇ ਜੀ ਅੱਛਾ ਦੂਜੀ ਗੱਲ ਸਰ ਇਹਦੇ ਇੱਕ ਮੈਂ ਹੋਰ ਵੀ ਰੱਖਿਆ ਵੀ ਮੇਰਾ ਫੈਮਿਲੀ ਮੈਂਬਰ ਨਹੀਂ ਕੋਈ ਇਹਦੇ 'ਚ ਹੋਏਗਾ ਮੇਰਾ ਸਟਾਫ ਮੈਂਬਰ ਕੋਈ ਨਹੀਂ ਹੋਏਗਾ ਅੱਛਾ ਕੁਸੀ ਦਾ ਕੂਪਨ ਹਰ ਕੋਈ ਅੱਛਾ ਤੀਜੀ ਗੱਲ ਬੰਦੇ ਸਾਡੇ ਕੋਲ ਆਪ ਆ ਅਸੀਂ ਟਾਈਮਿੰਗ ਦਵਾਂਗੇ ਅਸੀਂ 9 ਵਜੇ ਕੂਪਨ ਕੱਢਾਂਗੇ ਲਾਈਵ ਕੂਪਨ ਨਿਕਲੇਗਾ ਤੇ ਲਾਈਵ ਵੀਡੀਓ ਚੱਲੇਗੀ ਬੰਦੇ ਆਪ ਆਪਣੇ ਹੱਥ ਨਾਲ ਕਸਟਮਰ ਕੱਢਣਗੇ ਅਸੀਂ ਨਹੀਂ ਕੱਢਾਂਗੇ ਕਸਟਮਰ ਕੱਢਣਗੇ ਹੋ ਕਿਹਦੀ ਜਿੱਤ ਹੁੰਦੀ ਹੈ ਉਹ ਪ੍ਰੋਬਲਮ ਚਲੋ ਇਹ ਤਾਂ ਹੋ ਗਿਆ ਤੁਹਾਡਾ ਕਨਸੈਪਟ ਜਿਹੜਾ ਟੰਮੀ ਸਟੇਸ਼ਨ ਕੂਪਨ ਦੇ ਰਿਹਾ 500 ਰੁਪਏ ਦੇ ਪਰਚੇਸਿੰਗ ਤੇ ਜੋ ਵੀ ਖਾਣ ਦਾ ਹੈ ਨਾ ਹੁਣ ਤੁਸੀਂ ਇਹ ਦੱਸੋ ਕਿ ਅਸੀਂ ਆਏ ਹਾਂ ਨਿਊਜ਼ 18 ਪੰਜਾਬ ਦੀ ਟੀਮ ਉਰੇ ਆਈ ਹੈ ਤੁਸੀਂ ਇੱਕ ਵਾਰੀ ਬੁਲਾਉਂਦੇ ਹੋ ਸਾਡੇ ਕੋਲ ਟਾਈਮ ਨਹੀਂ ਵੀ ਹੁੰਦਾ ਫਿਰ ਵੀ ਅਸੀਂ ਤੁਹਾਡੀ ਵੀਡੀਓ ਬਣਾਉਣ ਆਉਂਦੇ ਹਾਂ ਸਾਨੂੰ ਇਹ ਦੱਸੋ ਵੀ ਜਿਹੜਾ ਸਾਡਾ ਨਾਮ ਲੈ ਕੇ ਆਏਗਾ ਉਸ ਨੂੰ ਕੀ ਤੁਸੀਂ ਬੈਨੀਫਿਟ ਦੇ ਸ਼ੇਅਰ ਕਿਹੜਾ ਕਰੇਗਾ ਵੀਡੀਓ ਨੂੰ ਤੁਹਾਡਾ ਬੈਨੀਫਿਟ ਹੋਏਗਾ ਸ਼ੇਅਰ ਕਰੇਗਾ ਲੋਕਾਂ ਨੂੰ ਤੁਹਾਡੇ ਟੇਸਟ ਦਾ ਪਤਾ ਲੱਗੇ ਉਹਨਾਂ ਨੂੰ ਕੀ ਤੁਸੀਂ ਬੈਨੀਫਿਟ ਚਲੋ ਸਰ ਇੱਕ ਵੈਸੇ ਅਸੀਂ ਨਹੀਂ ਸੀ ਰੱਖਿਆ ਤੁਸੀਂ ਚੁੱਕ ਕਹਿਤਾ ਜਿਹੜਾ ਨਿਊਜ਼ 18 ਦੀ ਸਾਡੀ ਅੱਜ ਇਸ ਵੀਡੀਓ ਨੂੰ ਸ਼ੇਅਰ ਕਰੇਗਾ ਮੈਕਸਿਮਮ ਜਿਹਨੇ ਸਪੋਜ਼ ਕਰੋ ਤੁਹਾਨੂੰ ਦਿਖਾਤਾ ਸੀ 200 ਸ਼ੇਅਰਸ ਕੀਤੇ ਅਸੀਂ ਉਹਨੂੰ ਏਅਰਪੋਰਟ ਇਹਦਾ ਬੂਟ ਕੰਪਨੀ ਦਾ ਹੀ ਏਅਰਪੋਰਟ ਦਾਂਗੇ ਚਲੋ ਸੋ ਕੋਈ ਨਹੀਂ ਮਾਨ ਤਾਨ ਕਰ ਰਹੇ ਤੁਹਾਡਾ ਤੇ ਲਗਾਤਾਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹੈ ਤੇ ਟੇਸਟ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਆਓ ਜੀ ਦੇਖੀਏ ਜਰਾ ਬੁਲਾਓ ਜੀ ਆਪਣੇ ਗ੍ਰਾਹਕਾਂ ਨੂੰ ਬੁਲਾਓ ਸਰ ਦੱਸੋ ਜੀ ਵੀ ਕਿਸ ਤਰ੍ਹਾਂ ਦਾ ਟੇਸਟ ਹੈ ਕੀ ਖਾਣਾ ਪਸੰਦ ਕਰੋਗੇ ਲੋਕ ਹੈਲੋ ਦੱਸੋ ਜੀ ਸਰ ਇੱਕ ਆਈਟਮ ਕਿਸ ਤਰ੍ਹਾਂ ਲੱਗੀ ਤੁਹਾਨੂੰ ਹੈਲੋ ਬਹੁਤ ਵਧੀਆ ਆਈਟਮ ਹੈ ਜੀ ਬਹੁਤ ਵਧੀਆ ਵਰਗਾ ਫੀਲ ਆ ਰਿਹਾ ਪੂਰਾ ਖਾ ਕੇ ਨਾ ਮਤਲਬ ਚਿਕਨ ਵਰਗਾ ਫੀਲ ਆ ਰਿਹਾ ਠੀਕ ਹੈ ਸੋ ਇਹੀ ਇਹਨਾਂ ਦਾ ਕਨਸੈਪਟ ਹੈ ਤੰਦੂਰੀ ਵਧੀਆ ਜੀ ਇਹ ਤਾਂ ਚੀਜ਼ ਵਧੀਆ ਹੈਗੀ ਹੈ ਉਦੋਂ ਤੋਂ ਹੀ ਵਧੀਆ ਬਹੁਤ ਵਧੀਆ ਬਿਲਕੁਲ ਸਰ ਸੋ ਤੁਹਾਨੂੰ ਦਿਖਾ ਰਹੇ ਹਾਂ ਕਬਾਬ ਦੀ ਆਈਟਮ ਬਹੁਤ ਵਧੀਆ ਇਹਦੇ ਵਿੱਚ ਕੀ ਪਾਇਆ ਹੈ ਸਰ ਇਹਦੇ ਵਿੱਚ ਆਲੂ ਦਾ ਮਿਕਸਚਰ ਹੋ ਗਿਆ ਮਸਾਲਿਆਂ ਦਾ ਮਿਕਸਚਰ ਹੋ ਗਿਆ ਵੈਜ ਕੋਈ ਘਬਰਾਉਂਦੇ ਕਿਸੇ ਨੂੰ ਕੋਈ ਲੋੜ ਨਹੀਂ ਹੈ ਕਿਉਂਕਿ ਯਾਰ ਨਹੀਂ ਹੈ ਸਾਨੂੰ ਕੀ ਤਾਂ ਮੀਟ ਮੁਰਗਾ ਤਾਂ ਨਹੀਂ ਖਵਾ ਰਹੇ ਅਸੀਂ ਵੀ ਗੁਰਸਿੱਖ ਬੰਦੇ ਹਾਂ ਅਸੀਂ ਵੀ ਅੰਮ੍ਰਿਤਧਾਰੀ ਹਾਂ ਅਸੀਂ ਸਾਡੇ ਤਾਂ ਘਰਾਂ ਲੋੜ ਨਹੀਂ ਹੈ ਜੀ ਬਾਈ ਇਹ ਕਿੰਨੇ ਦੀ ਆਈਟਮ ਹੈ ਸਰ ਇਹ ਸਾਰੇ ਹੀ ਸਾਰੀ ਸਿਰਫ 90 ਰੁਪਏ 90 ਰੁਪਏ 90 ਰੁਪਏ ਦੇ ਵਿੱਚ 90 ਰੁਪਏ ਦੀ ਇਹ ਫਿਸ਼ ਸਰ ਇਹ ਫਿਸ਼ ਹੈਗੀ ਜੀ 300 ਦੀ ਕਿਉਂਕਿ ਪਿਓਰ ਸੋਇਆ ਹੈ ਜ਼ਰੂਰ ਮਹਿੰਗੀ ਹੈ ਪਰ ਜਿਹੜਾ ਇੱਕ ਵਾਰੀ ਖਾਂਦਾ ਹੈ ਇੱਕ ਤਾਂ ਪੇਟ ਭਰਦਾ ਹੈ ਦੂਜਾ ਤਰੀ ਬਹੁਤ ਕਰਦਾ ਜੀ ਮਤਲਬ ਇੱਕ ਬੰਦਾ ਇੱਕ ਐਫੀਸ਼ੀਐਂਟ ਹੈ ਨਾ ਸਰ ਅਸੀਂ ਅਸੀਂ ਪਿਓਰ ਤੁਹਾਨੂੰ ਪਤਾ ਹੈ ਕਿਸੇ ਜੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ ਅਸੀਂ ਗੱਲ ਕਹੀ ਸੀਗੀ ਮੈਂ ਕਿਹਾ ਛੋਟੀ ਜਿਹੀ ਕੈਮਰਾ ਮੈਨ ਨੂੰ ਕਹਾਂਗਾ ਅਸੀਂ ਗੱਲ ਕਹੀ ਸੀ ਅਸੀਂ 60 ਵਿੱਚ ਬਹਿ ਕੇ ਇਸੇ ਖਵਾਵਾਂਗੇ ਗਰਮੀਆਂ ਲੰਘ ਗਈਆਂ ਜੀ ਸਾਰੀਆਂ 60 ਵਿੱਚ ਖਵਾਇਆ ਕੋਈ ਰੇਟ ਵਧਿਆ ਕੋਈ ਰੇਟ ਨਹੀਂ ਵਧਿਆ ਇਹ ਵੀ ਕੋਈ ਮਾੜਾ ਵੀ ਆਲੇ 3-4 ਮਹੀਨੇ ਜਦ ਤੱਕ ਕੋਈ ਮਾਰਕੀਟ ਦੀ ਰੇਟ ਨਹੀਂ ਵਧਦਾ ਸਾਡਾ ਰੇਟ ਨਹੀਂ ਵਧੇਗਾ ਰਾਜਪੁਰੇ ਬੜੇ ਆ ਰਹੇ ਹੈ ਬੜੇ ਜਾ ਰਹੇ ਹੈ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਅਸੀਂ ਕੋਈ ਕੁਆਲਿਟੀ ਦਾ ਕੰਪਰੋਮਾਈਜ਼ ਨਹੀਂ ਕਰ ਰਹੇ ਕੋਈ ਰੇਟ ਨਾਲ ਕੰਪਰੋਮਾਈਜ਼ ਨਹੀਂ ਕਰ ਰਹੇ ਮੇਰੇ ਕੋਲ ਕੋਈ 60 ਵਜੇ ਦੇਖੋ ਤੁਹਾਡੀ ਵੀਡੀਓ ਦੇਖ ਸਟੂਡੈਂਟ ਆਏ ਮੇਰੇ ਕੋਲ ਉਹ ਕਹਿੰਦੇ ਭਈਆ ਕਿਆ ਮੈਨੇ ਕਿਹਾ ਕੀ ਖਾਣਾ ਕਹਿੰਦਾ ਭਈਆ ਮਲਾਈ ਚਾਂਪ ਭਈਆ ਅੰਦਰ ਬੈਠ ਜਾਈਂ ਸੀ ਮੈਂ ਕਿਉਂ ਨਹੀਂ ਬੈਠਾ ਤੁਹਾਡਾ ਆਪਣਾ ਟੰਮੀ ਸਟੇਸ਼ਨ ਠੀਕ ਠੀਕ ਮੇਰਾ ਨਹੀਂ ਹੈ ਬਹੁਤ ਵਧੀਆ ਇਹ ਰਾਜਪੁਰ ਦਾ ਆਪਣਾ ਟੰਮੀ ਸਟੇਸ਼ਨ ਅੱਛਾ ਇੱਕ ਮੈਨੂੰ ਹੋਰ ਸਾਨੂੰ ਕਮੈਂਟ ਲਿਖਦੇ ਲੋਕ ਥੱਲੇ ਵੀ ਚਾਹੀਦੀ ਹੈ ਜੀ ਟੰਮੀ ਸਟੇਸ਼ਨ ਦੀ ਤੇ ਉਹ ਕਿਸ ਤਰ੍ਹਾਂ ਲੈ ਸਕਦਾ ਬੰਦਾ ਸਰ ਕੋਈ ਗੱਲ ਨਹੀਂ ਜਿੰਨੇ ਕੰਮ ਸ਼ੁਰੂ ਕਰਨਾ ਹੈ ਅਸੀਂ ਫ੍ਰੈਂਚਾਈਜ਼ੀ ਦਵਾਂਗੇ ਜੀ ਉਹਨੂੰ ਅੱਛਾ ਜੀ ਉਹ ਸ਼ਹਿਰ ਦੱਸੇ ਲੋਕੇਸ਼ਨ ਦੱਸੇ ਪਰ ਅਸੀਂ ਉਹਨੂੰ ਇੱਕ ਛੋਟੀ ਜਿਹੀ ਰਿਕੁਐਸਟ ਕਰਾਂਗੇ ਅਸੀਂ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਬੜਾ ਰੀਜ਼ਨਲ ਰੇਟ 'ਚ ਦਵਾਂਗੇ ਵਿਦਆਊਟ ਐਨੀ ਲਾਇਲਟੀ ਠੀਕ ਹੈ ਹੋਰ ਫ੍ਰੈਂਚਾਈਜ਼ੀਆਂ ਲਾਇਲਟੀ ਲੈਂਦੀਆਂ ਨਾ 3% ਆਫ ਦਾ ਸੇਲ ਅਸੀਂ ਕੋਈ ਲਾਇਲਟੀ ਨਹੀਂ ਲਾਂਗੇ ਚਲੋ ਹੁਣ ਆਪਾਂ ਮੈਂ ਗੱਲਾਂ ਬਹੁਤ ਕਰ ਲਈ ਮੇਰੀ ਤਬੀਅਤ ਵੀ ਠੀਕ ਨਹੀਂ ਹੈ ਮੈਂ ਸੂਪ ਪੀਣ ਦਾ ਮੇਰਾ ਬੜਾ ਮਨ ਸੀ ਵੈਜ ਚਿਕਨ ਸੂਪ ਹੈ ਸਰ ਵੈਜ ਚਿਕਨ ਸੂਪ ਦੇਖ ਲੈਂਦੇ ਹਾਂ ਟੇਸਟ ਕਰਕੇ ਤੇ ਕਿਸ ਤਰ੍ਹਾਂ ਦਾ ਬਿਲਕੁਲ ਕੋਈ ਆਰਾ ਰੋਡ ਨਹੀਂ ਕੋਈ ਕੋਈ ਕੁਛ ਨਹੀਂ ਸਰ ਕੀ ਬਹੁਤ ਵਧੀਆ ਆਈਟਮ ਹੈ ਤੁਸੀਂ ਇੱਕ ਵਾਰੀ ਟੰਮੀ ਸਟੇਸ਼ਨ ਤੇ ਆਓ ਤੇ ਸਮਾਨ ਬਹੁਤ ਸਾਰਾ ਦੇਖੋ ਫਿਸ਼ ਵਗੈਰਾ ਸਾਰਾ ਕੁਝ ਸਾਰਾ ਨਾਨ ਵੈਜ ਦੀ ਆਈਟਮ ਵੈਜ ਚ ਦੇ ਰਹੇ ਹੈ ਤੇ ਬਹੁਤ ਵਧੀਆ ਕਨਸੈਪਟ ਹੈ ਤੇ ਤੁਸੀਂ ਬਣੇ ਰਹੋ ਨਿਊਜ਼ 89 ਦੀ ਵੀਡੀਓ ਦੇ ਨਾਲ ਤੇ ਤੁਹਾਨੂੰ
ਸਮੀ ਸਟੇਸ਼ਨ ਦਾ ਕਨਸੈਪਟ ਵੀ ਦਿਖਾਉਂਦੇ ਹਾਂ ਸਾਰਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਾਓ ਵੀਡੀਓ ਹਜੇ ਰਹਿੰਦੀ ਹੈ ਤੇ ਪੂਰੀ ਵੀਡੀਓ ਤੁਸੀਂ ਦੇਖਣੀ ਹੈ ਤੇ ਸ਼ੇਅਰ ਕਰਨ ਵਾਲਿਆਂ ਨੂੰ ਵੀ ਇਹ ਜਿਹੜਾ ਹੈ ਪ੍ਰਾਈਜ਼ ਦੇਣਗੇ ਦੀਵਾਲੀ ਆਫਰ ਦਾ ਤੇ ਤੁਸੀਂ ਬਣੇ ਰਹੋ ਨਿਊਜ਼ 89 ਪੰਜਾਬ ਦੀ ਵੀਡੀਓ ਦੇ ਨਾਲ ਸੋ ਤੁਹਾਨੂੰ ਲੈ ਕੇ ਆਏ ਸੀ ਅੱਜ ਟਮੀ ਸਟੇਸ਼ਨ ਤੇ ਤੀਜੀ ਵੀਡੀਓ ਬਣਾਈ ਹੈ ਲਗਾਤਾਰ ਇਸ ਵੀਡੀਓ ਨੂੰ ਤੁਹਾਡੇ ਵੱਲੋਂ ਸ਼ੇਅਰ ਵੀ ਕੀਤਾ ਜਾ ਰਿਹਾ ਮੈਂ ਧੰਨਵਾਦ ਕਰਦਾ ਤੇ ਮੈਂ ਤੁਹਾਨੂੰ ਮਿਲਾਵਾਂਗਾ ਟਮੀ ਸਟੇਸ਼ਨ ਦੇ ਸਟਾਫ ਦੇ ਨਾਲ ਇਹਨਾਂ ਦੀ ਜਿਹੜੀ ਮਿਹਨਤ ਹੈ ਉਸ ਕਰਕੇ ਹੀ ਜਿਹੜਾ ਹੈ ਟਮੀ ਸਟੇਸ਼ਨ ਅੱਜ ਬੁਲੰਦੀਆਂ ਛੂ ਰਿਹਾ ਇਹਨੇ ਘੱਟ ਸਮੇਂ ਦੇ ਵਿੱਚ ਇੰਨਾ ਨਾਮ ਬਣਾ ਚੁੱਕਿਆ ਤੇ ਇਹ ਹੈਗੇ ਟਮੀ ਸਟੇਸ਼ਨ ਤੇ ਆਪਾਂ ਗੱਲ ਕਰਾਂਗੇ ਕੀ ਕਹਿਣਾ ਚਾਹੋਗੇ ਆਪ ਟਮੀ ਸਟੇਸ਼ਨ ਆਈਏ ਇੱਕ ਮਰਤਾ ਟੈਸਟ ਕਰਕੇ ਜਾਈਏ ਹਮ ਲੋਗ ਕਾ ਮਿਹਨਤ ਰਹੇਗਾ ਪ੍ਰੋਪਰ ਟੈਸਟ ਮਿਲੇਗਾ ਸੋ ਇਹ ਹੈਗਾ ਟਮੀ ਸਟੇਸ਼ਨ ਦਾ ਸਟਾਫ ਤੇ ਤੁਸੀਂ ਫਿਲਹਾਲ ਸੰਦੀਪ ਚੌਧਰੀ ਦੇ ਇਜਾਜ਼ਤ ਆਪਾਂ ਤੁਹਾਨੂੰ ਲੈ ਕੇ ਆਏ ਸੀਗੇ ਟਮੀ ਸਟੇਸ਼ਨ ਤੇ ਤੀਜੀ ਵੀਡੀਓ ਤੁਹਾਨੂੰ ਬਣਾਈ ਸੀਗੀ ਤੇ ਤੁਸੀਂ ਦੇਖਿਆ ਕਿ ਨਵੀਂ ਵੈਰਾਈਟੀ ਜਿਹੜੀ ਹੈ ਲੈ ਕੇ ਆਏ ਆ ਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਨੀ ਹੈ ਤੇ ਦੀਵਾਲੀ ਆਫਰ ਦਾ ਲਾਭ ਉਠਾਣਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੁਸੀਂ ਸੰਦੀਪ ਚੌਧਰੀ ਨੂੰ ਦਿਓ ਇਜਾਜ਼ਤ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ